की केला खाण दे नाल मच्छर ज्यादा लड़दा है? वो केड़ा देश है जिथों दा राष्ट्रीय गीत उथों दे नागरिकां नूं भी याद नहीं है? गोली अते कैप्सूल दे विच की फर्क हुंदा है? कुत्ते जाने के डॉग किन्ने तरह दी आवाजां कढ सकदे ने? अजिही रोचक तत्थ जानने लई जुड़ रहो मेरे नाल, मैं तुहाडा होस्ट जसप्रीत सिंह, तुसीं देख रहे हो ज्योति। जेकर तुसीं साडे नाल कोई राबता कायम करना चाहुंदे हो तां तुसीं साडे इंस्टाग्राम दे पेज ज्योति वी ऑफिशियल दे उपर जाके सानूं मैसेज कर सकदे हो। की तुसीं कदे सोचिआ है कि कुत्ते किन्नी तरह दी आवाजां कढ सकदे हन? इत्थे आपां सारे इही गल कहांगे कि कुत्ते तां कल्ले भौंकदे हुंदे ने, उह वी इक आवाज विच, पर असल दे विच कुत्ते 10 अलग अलग तरह दी आवाजां कढ सकदे हन ते बिल्लियां 100 तों वी ज्यादा आवाजां कढ लैंदियां हन। तुसीं इह चीज़ कदे नोट करना कि बिल्ली हर एक बिल्ली दे नाल गल करन दे लई अलग अलग तरह दा म्याऊं कह के आवाज कढदी है। ਇਹ ਫੈਕਟ ਨੇਲ ਜਾਣੀ ਕਿ ਨੌ ਦੇ ਬਾਰੇ ਹੈ। ਸਾਡੇ ਨੌ ਗਰਮੀਆਂ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਵੱਧਦੇ ਹਨ, ਇਹ ਕਈ ਰਿਸਰਚ ਦੇ ਵਿੱਚ ਪਾਇਆ ਗਿਆ ਹੈ। ਸਰਦੀਆਂ ਦੇ ਵਿੱਚ ਠੰਡ ਦੇ ਕਾਰਨ ਸਾਡੇ ਨੌ ਇੰਨੀ ਜਲਦੀ ਨਹੀਂ ਵੱਧਦੇ ਜਿੰਨੀ ਜਲਦੀ ਉਹ ਗਰਮੀ ਦੇ ਵਿੱਚ ਵੱਧਦੇ ਹਨ। ਜੇਕਰ ਤੁਸੀਂ ਸੱਜੂ ਹੋ ਤਾਂ ਤੁਹਾਡੇ ਸੱਜੇ ਹੱਥ ਦੇ, ਜੇਕਰ ਤੁਸੀਂ ਖੱਬੂ ਹੋ ਤਾਂ ਤੁਹਾਡੇ ਖੱਬੇ ਹੱਥ ਦੇ ਨੌ ਜਲਦੀ ਵੱਧਦੇ ਹਨ। ਇਨਸਾਨ ਜਦੋਂ ਤੱਕ ਜਿਉਂਦਾ ਹੈ ਉਸ ਦੇ ਨੌ ਉਦੋਂ ਤੱਕ ਹੀ ਵੱਧਦੇ ਨੇ, ਜਦੋਂ ਇਨਸਾਨ ਮਰ ਜਾਂਦਾ ਹੈ ਉਸ ਦੇ ਨੌ ਅਤੇ ਵਾਲ ਵਧਣਾ ਬੰਦ ਕਰ ਦਿੰਦੇ ਹਨ। ਜੇਕਰ ਮੈਂ ਤੁਹਾਨੂੰ ਪੁੱਛਾਂ ਕਿ ਤੁਹਾਨੂੰ ਇੰਡੀਆ ਦਾ ਰਾਸ਼ਟਰੀ ਗੀਤ ਪਤਾ ਹੈ ਤਾਂ ਜ਼ਿਆਦਾਤਰ ਲੋਕ ਕਹਿਣਗੇ ਕਿ ਇਹ ਵੀ ਕੋਈ ਸਵਾਲ ਹੈ, ਇਹ ਤਾਂ ਸਾਰਿਆਂ ਨੂੰ ਪਤਾ ਹੈ। ਪਰ ਗ੍ਰੀਸ ਇੱਕ ਅਜਿਹਾ ਦੇਸ਼ ਹੈ ਜਿੱਥੋਂ ਦਾ ਰਾਸ਼ਟਰੀ ਗੀਤ ਕਿਸੇ ਨੂੰ ਵੀ ਯਾਦ ਨਹੀਂ ਹੈ। ਗ੍ਰੀਸ ਦੇ ਰਾਸ਼ਟਰੀ ਗੀਤ ਦੇ ਵਿੱਚ 158 ਵਰਜਨ ਹਨ। ਗ੍ਰੀਸ ਦੇਸ਼ ਦਾ ਕੋਈ ਵੀ ਨਾਗਰਿਕ ਅਜਿਹਾ ਨਹੀਂ ਹੈ ਜਿਸ ਨੂੰ 158 ਦੇ 58 ਵਰਜਨ ਯਾਦ ਹੋਣ। ਇੰਡੀਆ ਦਾ ਮਾਰਸ ਮਿਸ਼ਨ ਤਾਂ ਤੁਹਾਨੂੰ ਸਾਰਿਆਂ ਨੂੰ ਯਾਦ ਹੀ ਹੋਵੇਗਾ। ਇੰਡੀਆ ਆਪਣੀ ਪਹਿਲੀ ਹੀ ਕੋਸ਼ਿਸ਼ ਦੇ ਵਿੱਚ ਮਾਰਸ ਯਾਨੀ ਕਿ ਮੰਗਲ ਗ੍ਰਹਿ ਦੇ ਉੱਪਰ ਪਹੁੰਚਣ ਵਾਲਾ ਪਹਿਲਾ ਦੇਸ਼ ਬਣ ਗਿਆ। ਇਸ ਮਿਸ਼ਨ ਦਾ ਬਜਟ ਇੰਨਾ ਜ਼ਿਆਦਾ ਘੱਟ ਸੀ ਕਿ ਇਸ ਤੋਂ ਵੱਧ ਪੈਸਿਆਂ ਦੇ ਨਾਲ ਤਾਂ ਹਾਲੀਵੁੱਡ ਵਾਲਿਆਂ ਨੇ ਇੱਕ ਫਿਲਮ ਬਣਾ ਦਿੱਤੀ। ਇਹ ਹਾਲੀਵੁੱਡ ਫਿਲਮ ਸੀ ਗ੍ਰੈਵਿਟੀ। ਇਸ ਦਾ ਬਜਟ ਇੰਡੀਆ ਦੇ ਮਾਰਸ ਮਿਸ਼ਨ ਨਾਲੋਂ ਵੀ ਕਿਤੇ ਜ਼ਿਆਦਾ ਸੀ। ਇਸ ਫਿਲਮ ਨੂੰ ਬਣਾਉਣ ਦੇ ਲਈ 100 ਮਿਲੀਅਨ ਡਾਲਰ ਲੱਗੇ ਸਨ ਤੇ ਮਾਰਸ ਮਿਸ਼ਨ ਦੇ ਵਿੱਚ ਵਰਤੇ ਗਏ ਮੰਗਲ ਯਾਨ ਦੇ ਉੱਪਰ ਸਿਰਫ 75 ਮਿਲੀਅਨ ਡਾਲਰ ਖਰਚਾ ਆਇਆ ਸੀ। ਪੈਰਿਸ ਸ਼ਹਿਰ ਦੇ ਵਿੱਚ ਤੁਹਾਨੂੰ ਬੱਚਿਆਂ ਦੇ ਨਾਲੋਂ ਜ਼ਿਆਦਾ ਉੱਥੇ ਕੁੱਤੇ ਦੇਖਣ ਨੂੰ ਮਿਲਣਗੇ। ਕੁੱਤੇ ਬਹੁਤ ਜ਼ਿਆਦਾ ਵਫ਼ਾਦਾਰ ਅਤੇ ਇਨਸਾਨਾਂ ਦੇ ਵਧੀਆ ਦੋਸਤ ਹੁੰਦੇ ਨੇ। ਲੱਗਦਾ ਇਹੀ ਗੱਲ ਪੈਰਿਸ ਵਾਲਿਆਂ ਨੇ ਆਪਣੇ ਦਿਲ ਦੇ ਉੱਪਰ ਲਾ ਲਈ ਹੈ। ਇੱਥੋਂ ਦੇ ਲੋਕ ਹਰ ਸਾਲ 3.5 ਕਰੋੜ ਰੁਪਈਆ ਆਪਣੇ ਕੁੱਤਿਆਂ ਦੀ ਦੇਖਭਾਲ ਉੱਤੇ ਲਗਾ ਦਿੰਦੇ ਹਨ। ਛੋਟੇ ਬੱਚਿਆਂ ਨੂੰ ਅਸੀਂ ਅਕਸਰ ਹੀ ਇੱਕ ਗੇਮ ਖੇਡਦੇ ਦੇਖਦੇ ਹਾਂ, ਉਹ ਗੇਮ ਹੈ ਰੌਕ ਪੇਪਰ ਸੀਜ਼ਰ। ਪਰ USA ਦੇ ਵਿੱਚ ਇਸ ਗੇਮ ਦੇ ਲੀਗ ਮੈਚ ਹੁੰਦੇ ਨੇ ਤੇ ਉੱਥੇ ਇਸ ਦਾ ਇਨਾਮ ਵੀ ਕਰੋੜਾਂ ਦੇ ਵਿੱਚ ਹੁੰਦਾ ਹੈ। ਆਸਟ੍ਰੇਲੀਆ ਨੂੰ ਜੇਕਰ ਅਸੀਂ ਪੂਰਬ ਤੋਂ ਪੱਛਮ ਤੱਕ ਨਾਪੀਏ ਤਾਂ ਉਸ ਦੀ ਚੜ੍ਹਾਈ 4000 ਕਿਲੋਮੀਟਰ ਹੈ, ਜਦਕਿ ਚੰਦ ਦੀ ਚੜ੍ਹਾਈ ਸਿਰਫ 3400 ਕਿਲੋਮੀਟਰ ਹੈ। ਮਤਲਬ ਕਿ ਆਸਟ੍ਰੇਲੀਆ ਚੰਦ ਤੋਂ ਵੀ 600 ਕਿਲੋਮੀਟਰ ਜ਼ਿਆਦਾ ਚੌੜਾ ਹੈ। ਓਲਾ ਅਤੇ ਉਬਰ ਇਹ ਅਜਿਹੀਆਂ ਕੰਪਨੀਆਂ ਨੇ ਜਿਹੜੀਆਂ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਣ ਦੇ ਲਈ ਕਾਰਾਂ ਮੁਹੱਈਆ ਕਰਵਾਉਂਦੀਆਂ ਹਨ। ਪਰ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਜੇਕਰ ਤੁਸੀਂ ਇਕੱਲੇ ਹੋ ਤਾਂ ਤੁਸੀਂ ਉੱਥੇ ਵਾਕਿੰਗ ਕੰਪਨੀਆਂ ਨੂੰ ਕਾਲ ਕਰਕੇ ਇੱਕ ਵਾਕਿੰਗ ਜਾਣੀ ਕਿ ਤੁਹਾਡੇ ਨਾਲ ਤੁਰਨ ਵਾਲੇ ਇਨਸਾਨ ਨੂੰ ਕਿਰਾਏ ਉੱਪਰ ਲੈ ਸਕਦੇ ਹੋ। ਇਹ ਇਨਸਾਨ ਤੁਹਾਡੇ ਨਾਲ ਜਿੱਥੇ ਤੱਕ ਤੁਸੀਂ ਕਹੋਗੇ ਉੱਥੇ ਤੱਕ ਤੁਹਾਡੇ ਨਾਲ ਚੱਲੇਗਾ ਅਤੇ ਤੁਹਾਨੂੰ ਵਧੀਆ ਕੰਪਨੀ ਦੇਵੇਗਾ। ਥਾਮਸ ਐਡੀਸਨ, ਜਿਨ੍ਹਾਂ ਨੂੰ ਫਾਦਰ ਆਫ ਇਨਵੈਂਸ਼ਨ ਕਿਹਾ ਜਾਂਦਾ ਹੈ, ਇਹਨਾਂ ਨੇ ਕੈਮਰਾ, ਬਲਬ, ਫੋਟੋਗ੍ਰਾਫੀ ਆਦਿ ਕਈ ਚੀਜ਼ਾਂ ਦੀ ਖੋਜ ਕੀਤੀ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਥਾਮਸ ਐਡੀਸਨ ਦੀ ਹੈਲੀਕਾਪਟਰ ਦੇ ਵਿੱਚ ਵੀ ਕਾਫੀ ਜ਼ਿਆਦਾ ਦਿਲਚਸਪੀ ਸੀ। ਉਹਨਾਂ ਨੇ ਆਪਣਾ ਪਹਿਲਾ ਹੈਲੀਕਾਪਟਰ 1901 ਦੇ ਵਿੱਚ ਬਣਾਇਆ ਸੀ, ਜਿਹੜਾ ਕਿ ਧਰਤੀ ਤੋਂ ਸਿਰਫ 1 ਮੀਟਰ ਉੱਚਾ ਹੀ ਉੱਡ ਸਕਿਆ ਸੀ। ਬਾਅਦ ਦੇ ਵਿੱਚ 1905 ਦੇ ਵਿੱਚ ਉਹੀ ਹੈਲੀਕਾਪਟਰ 13 ਫੁੱਟ ਉੱਚਾ ਉੱਡਿਆ ਸੀ। ਪਰ ਬਾਅਦ ਦੇ ਵਿੱਚ ਜਦੋਂ ਉਹਨਾਂ ਨੇ ਇਸ ਹੈਲੀਕਾਪਟਰ ਵਿੱਚ ਕਈ ਸੁਧਾਰ ਕਰਕੇ 1908 ਦੇ ਵਿੱਚ ਇਸ ਨੂੰ ਦੁਬਾਰਾ ਉਡਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹ ਉੱਡਿਆ ਨਹੀਂ ਬਲਕਿ ਬਲਾਸਟ ਹੋ ਗਿਆ। ਅਸਲ ਦੇ ਵਿੱਚ ਇਹ ਹੈਲੀਕਾਪਟਰ ਗਨ ਪਾਊਡਰ ਦੇ ਨਾਲ ਚੱਲਦਾ ਸੀ, ਜਿਸ ਦੇ ਕਾਰਨ ਇਹ ਬਲਾਸਟ ਹੋ ਗਿਆ ਤੇ ਇਹ ਬਲਾਸਟ ਇੰਨਾ ਜ਼ਿਆਦਾ ਜ਼ਬਰਦਸਤ ਸੀ ਜਿਸ ਨੇ ਐਡੀਸਨ ਦੀ ਫੈਕਟਰੀ ਤੱਕ ਉਡਾ ਦਿੱਤੀ ਸੀ। ਫਿਰ 1939 ਦੇ ਵਿੱਚ ਈਵੋ ਬੋਗੋਸਨਿਕੇ ਨੇ ਪਹਿਲਾ ਹੈਲੀਕਾਪਟਰ ਬਣਾਇਆ ਜਿਸ ਨੇ ਅਸਮਾਨ ਦੇ ਵਿੱਚ ਉਡਾਣ ਭਰੀ। ਅਸੀਂ ਹੈਲੀਕਾਪਟਰ ਦੀ ਸਾਰੀ ਹਿਸਟਰੀ ਦੇ ਉੱਪਰ ਇੱਕ ਵੀਡੀਓ ਕਰ ਚੁੱਕੇ ਹਾਂ, ਤੁਸੀਂ ਉਸ ਨੂੰ ਦੇਖ ਸਕਦੇ ਹੋ। ਤੁਹਾਨੂੰ ਗਜਨੀ ਫਿਲਮ ਦਾ ਸੰਜੇ ਸਿੰਘਾਨੀਆ ਤਾਂ ਯਾਦ ਹੀ ਹੋਵੇਗਾ, ਜਿਸ ਨੂੰ 15 ਮਿੰਟ ਦੇ ਵਿੱਚ ਹਰ ਇੱਕ ਗੱਲ ਭੁੱਲ ਜਾਂਦੀ ਸੀ। ਉਹ ਤਾਂ ਇੱਕ ਫਿਲਮ ਦੀ ਗੱਲ ਸੀ, ਪਰ ਹੁਣ ਅਸੀਂ ਤੁਹਾਨੂੰ ਅਸਲੀ ਜ਼ਿੰਦਗੀ ਦੇ ਸੰਜੇ ਸਿੰਘਾਨੀਆ ਦੇ ਨਾਲ ਮਿਲਾਉਂਦੇ ਹਾਂ। ਇਹ ਹਾਂਜੀ ਕਲਿਵ ਬੈਰਿੰਗ, ਜਿਹੜੇ ਕਿ ਕਿੱਤੇ ਤੋਂ ਇੱਕ ਸੰਗੀਤਕਾਰ ਨੇ। ਇਹ ਕੋਈ ਵੀ ਗੱਲ ਨੂੰ 30 ਸੈਕਿੰਡ ਤੋਂ ਜ਼ਿਆਦਾ ਯਾਦ ਨਹੀਂ ਰੱਖ ਸਕਦੇ। ਉਹ ਕੀ ਬੋਲ ਰਹੇ ਹਨ 30 ਸੈਕਿੰਡ ਦੇ ਬਾਅਦ ਉਹਨਾਂ ਨੂੰ ਇਹ ਵੀ ਯਾਦ ਨਹੀਂ ਰਹਿੰਦਾ। 1985 ਦੇ ਵਿੱਚ ਇੱਕ ਵਾਇਰਸ ਨੇ ਇਹਨਾਂ ਦੇ ਸੈਂਟਰ ਨਰਵਸ ਸਿਸਟਮ ਦੇ ਉੱਪਰ ਹਮਲਾ ਕੀਤਾ, ਜਿਸ ਦੇ ਨਾਲ ਇਹਨਾਂ ਦੀ ਯਾਦਦਾਸ਼ਤ ਘੱਟ ਕੇ ਸਿਰਫ 30 ਸੈਕਿੰਡ ਦੀ ਰਹਿ ਗਈ। ਨਾ ਹੀ ਉਹ ਹੁਣ ਕੋਈ ਪੁਰਾਣੀ ਗੱਲ ਯਾਦ ਕਰ ਸਕਦੇ ਨੇ ਤੇ ਨਾ ਹੀ ਨਵੀਆਂ ਗੱਲਾਂ ਨੂੰ ਆਪਣੇ ਦਿਮਾਗ ਦੇ ਵਿੱਚ ਸਟੋਰ ਕਰ ਸਕਦੇ ਹਨ। ਹਾਲਾਂਕਿ ਉਹਨਾਂ ਨੂੰ ਆਪਣੀ ਪਤਨੀ ਦਾ ਨਾਮ ਯਾਦ ਹੈ, ਪਰ ਉਹ ਆਪਣੇ ਬੱਚਿਆਂ ਦੇ ਨਾਮ ਭੁੱਲ ਚੁੱਕੇ ਹਨ। ਇਸ ਬਿਮਾਰੀ ਨੂੰ ਓਮੇਸ਼ੀਆ ਦਾ ਨਾਮ ਦਿੱਤਾ ਗਿਆ ਹੈ। ਇਹ ਇਸ ਬਿਮਾਰੀ ਦਾ ਸਭ ਤੋਂ ਅਜੀਬ ਕੇਸ ਹੈ। ਮੱਕੜੀ ਦਾ ਜਾਲਾ ਸਟੀਲ ਤੋਂ ਵੀ 5 ਗੁਣਾ ਜ਼ਿਆਦਾ ਸਟਰੋਂਗ ਹੁੰਦਾ ਹੈ। ਜੇਕਰ ਅਸੀਂ ਓਨੇ ਹੀ ਡਾਇਆਮੀਟਰ ਦਾ ਸਟੀਲ ਲਈਏ ਤੇ ਓਨੇ ਹੀ ਡਾਇਆਮੀਟਰ ਦਾ ਜਾਲਾ ਲਈਏ ਤਾਂ ਉਸ ਦੇ ਵਿੱਚੋਂ ਮੱਕੜੀ ਦਾ ਜਾਲਾ ਜ਼ਿਆਦਾ ਸਟਰੋਂਗ ਹੋਵੇਗਾ। ਇਹ ਜਿਹੜਾ ਕੁਝ ਤੁਸੀਂ ਸਾਹਮਣੇ ਦੇਖ ਰਹੇ ਹੋ ਤੁਹਾਨੂੰ ਦੇਖ ਕੇ ਲੱਗ ਰਿਹਾ ਹੋਵੇਗਾ ਜਾਂ ਤਾਂ ਇਹ ਏਲੀਅਨ ਹਨ ਤੇ ਜਾਂ ਇਹ ਖਿਡੌਣੇ ਹਨ। ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਸਪਲਿਟ ਫਿਨ ਫਲੈਸ਼ਲਾਈਟ ਮੱਛੀ ਜਾਨੀ ਕਿ ਫਿਸ਼ ਹੈ, ਜਿਹੜੀ ਕਿ ਇੰਡੋ ਮਹਾਸਾਗਰ ਅਤੇ ਕੈਰੀਬੀਅਨ ਸਾਗਰ ਦੇ ਵਿੱਚ ਪਾਈ ਜਾਂਦੀ ਹੈ। ਇਹਨਾਂ ਮੱਛੀਆਂ ਦੀ ਅੱਖ ਦੇ ਕੋਲ ਇੱਕ ਅਜਿਹਾ ਔਰਗਨ ਜਾਨੀ ਕਿ ਅੰਗ ਹੁੰਦਾ ਹੈ ਜਿਸ ਦੇ ਵਿੱਚ ਬਾਇਓਲੈਮੋਮੇਸ਼ਨ ਬੈਕਟੀਰੀਆ ਹੁੰਦੇ ਹਨ। ਇਹ ਬੈਕਟੀਰੀਆ ਲਾਈਟ ਪੈਦਾ ਕਰਦੇ ਨੇ ਤੇ ਇਸ ਲਾਈਟ ਨੂੰ ਮੱਛੀ ਆਪਣੀ ਪਲਕਾਂ ਦੇ ਨਾਲ ਕੰਟਰੋਲ ਕਰਦੀ ਹੈ ਤੇ ਆਪਣੀਆਂ ਇਹ ਲਾਈਟਾਂ ਦੇ ਨਾਲ ਇਹ ਮੱਛੀਆਂ ਹਨੇਰੇ ਦੇ ਵਿੱਚ ਆਪਣਾ ਸ਼ਿਕਾਰ ਲੱਭਦੀਆਂ ਹਨ।
ਤੁਸੀਂ ਇਹ ਜਿਹੜੀ ਤਸਵੀਰ ਦੇਖ ਰਹੇ ਹੋ ਇਸ ਦੇ ਵਿੱਚ ਇੱਕ ਸਧਾਰਨ ਮੋਰ ਦੇ ਉੱਪਰ ਦੀ ਇੱਕ ਐਲਬੀਅਨ ਮੋਰ ਉੱਡ ਰਿਹਾ ਹੈ ਤੇ ਫੋਟੋ ਦੇਖਣ ਦੇ ਵਿੱਚ ਅਜਿਹਾ ਲੱਗ ਰਿਹਾ ਹੈ ਕਿ ਜਿਵੇਂ ਸਧਾਰਨ ਮੋਰ ਦੀ ਆਤਮਾ ਬਾਹਰ ਨਿਕਲ ਰਹੀ ਹੋਵੇ। ਛੋਟੇ ਤੋਂ ਛੋਟਾ ਵਾਇਰਸ ਵੀ ਜੇਕਰ ਕੰਪਿਊਟਰ ਦੇ ਵਿੱਚ ਚਲਾਇਆ ਜਾਵੇ ਤਾਂ ਉਹ ਕੰਪਿਊਟਰ ਦੀ ਪਰਫਾਰਮੈਂਸ ਨੂੰ ਖਰਾਬ ਕਰ ਦਿੰਦਾ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਇਹਨਾਂ ਕੰਪਿਊਟਰ ਵਾਇਰਸ ਦਾ ਪਿਤਾ ਕੌਣ ਸੀ, ਯਾਨੀ ਕਿ ਸਭ ਤੋਂ ਪਹਿਲਾਂ ਕੰਪਿਊਟਰ ਵਾਇਰਸ ਕਿਹੜਾ ਸੀ? ਇਸ ਵਾਇਰਸ ਦਾ ਨਾਮ ਸੀ ਕ੍ਰੀਪਰ। ਇਹ 1971 ਦੇ ਵਿੱਚ ਬਣਾਇਆ ਗਿਆ ਸੀ। ਇਹ ਦੁਨੀਆ ਦਾ ਸਭ ਤੋਂ ਪਹਿਲਾ ਕੰਪਿਊਟਰ ਵਾਇਰਸ ਸੀ, ਪਰ ਇਹ ਇੰਨਾ ਜ਼ਿਆਦਾ ਖਤਰਨਾਕ ਨਹੀਂ ਸੀ ਕਿਉਂਕਿ ਕੁਝ ਕੁ ਐਪਲੀਕੇਸ਼ਨਾਂ ਦੇ ਉੱਪਰ ਹੀ ਅਸਰ ਪਾਉਂਦਾ ਸੀ। ਜੇਕਰ ਤੁਸੀਂ ਦੰਦਾਂ ਦੇ ਬ੍ਰਸ਼ ਲਈ ਕੋਈ ਕੰਪਨੀ ਖੋਲ੍ਹਣੀ ਚਾਹੁੰਦੇ ਹੋ ਤਾਂ ਇੱਕ ਗੱਲ ਜ਼ਰੂਰ ਯਾਦ ਰੱਖਣਾ ਕਿ ਉਸ ਬ੍ਰਸ਼ ਦਾ ਕਲਰ ਬਲੂ ਹੀ ਰੱਖਣਾ, ਕਿਉਂਕਿ ਹਾਲ ਹੀ ਦੇ ਵਿੱਚ ਹੋਈ ਇੱਕ ਸਰਵੇ ਦੇ ਵਿੱਚ ਇਹ ਗੱਲ ਪਤਾ ਲੱਗੀ ਹੈ ਕਿ 85% ਲੋਕ ਨੀਲੇ ਜਾਣ ਕੇ ਬਲੂ ਰੰਗ ਦੇ ਬ੍ਰਸ਼ ਨੂੰ ਖਰੀਦਦੇ ਹਨ ਤੇ ਲਾਲ ਰੰਗ ਦੇ ਬ੍ਰਸ਼ ਨੂੰ ਸਭ ਤੋਂ ਜ਼ਿਆਦਾ ਘੱਟ ਖਰੀਦਿਆ ਜਾਂਦਾ ਹੈ। ਕੀ ਤੁਹਾਨੂੰ ਪਤਾ ਹੈ ਕਿ ਯੂਪੀਟਰ ਗ੍ਰਹਿ ਇੰਨੀ ਤੇਜ਼ੀ ਦੇ ਨਾਲ ਘੁੰਮਦਾ ਹੈ ਕਿ ਉੱਥੇ ਹਰ 10 ਘੰਟੇ ਦੇ ਬਾਅਦ ਸੂਰਜ ਚੜ੍ਹ ਜਾਂਦਾ ਹੈ? ਮਤਲਬ ਕਿ ਯੂਪੀਟਰ ਸਭ ਤੋਂ ਤੇਜ਼ ਘੁੰਮਣ ਵਾਲਾ ਗ੍ਰਹਿ ਹੈ ਸਾਡੇ ਸੂਰਜ ਮੰਡਲ ਵਿੱਚ। ਤੁਸੀਂ ਪੈਂਗੁਇਨ ਤਾਂ ਕਈ ਵਾਰ ਦੇਖੇ ਹੋਣਗੇ, ਉਹ ਦੇਖਣ ਦੇ ਵਿੱਚ ਬਹੁਤ ਜ਼ਿਆਦਾ ਸੋਹਣੇ ਲੱਗਦੇ ਹਨ, ਪਰ ਕੀ ਤੁਸੀਂ ਇੱਕ ਚੀਜ਼ ਨੋਟ ਕੀਤੀ ਹੈ ਕਿ ਉਹਨਾਂ ਦੀ ਚੁੰਝ ਦੇ ਵਿੱਚ ਇੱਕ ਹੋਲ ਯਾਨੀ ਕਿ ਗਲੀ ਹੁੰਦੀ ਹੈ? ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਇੱਕ ਸੁਪਰ ਆਰਬਿਟ ਗਲੈਡ ਹੁੰਦਾ ਹੈ। ਇਸ ਦੀ ਮਦਦ ਦੇ ਨਾਲ ਪੈਂਗੁਇਨ ਸਮੁੰਦਰ ਦੇ ਨਮਕ ਵਾਲੇ ਪਾਣੀ ਨੂੰ ਪੀ ਕੇ ਉਸ ਨੂੰ ਫਰੈਸ਼ ਪਾਣੀ ਦੇ ਵਿੱਚ ਬਦਲ ਲੈਂਦੇ ਹਨ, ਯਾਨੀ ਕਿ ਇਹ ਇੱਕ ਤਰ੍ਹਾਂ ਦਾ ਉਹਨਾਂ ਦਾ ਫਿਲਟਰ ਹੁੰਦਾ ਹੈ। ਗੋਰੀਲਾ ਇੱਕੋ ਇੱਕ ਅਜਿਹਾ ਜਾਨਵਰ ਹੈ ਜਿਹੜਾ ਕਿ ਇਨਸਾਨਾਂ ਦਾ ਸਭ ਤੋਂ ਨੇੜੇ ਦਾ ਰਿਲੇਟਿਵ ਯਾਨੀ ਕਿ ਰਿਸ਼ਤੇਦਾਰ ਹੈ। ਇਸ ਦੇ ਬਾਰੇ ਇੱਕ ਕਮਾਲ ਦਾ ਫੈਕਟ ਇਹ ਵੀ ਹੈ ਕਿ ਜਦੋਂ ਗੋਰੀਲਾ ਬਹੁਤ ਜ਼ਿਆਦਾ ਖੁਸ਼ ਹੁੰਦਾ ਹੈ ਤਾਂ ਇਹ ਹੱਸਦਾ ਹੈ, ਪਰ ਜੇਕਰ ਗੋਰੀਲਾ ਬਹੁਤ ਯਾਨੀ ਕਿ ਬਹੁਤ ਜ਼ਿਆਦਾ ਖੁਸ਼ ਹੋ ਜਾਣ ਤਾਂ ਇਹ ਢਕਾਰ ਮਾਰਨ ਲੱਗਦੇ ਹਨ। ਇਹ ਫੈਕਟ ਤੁਹਾਨੂੰ ਹੈਰਾਨ ਕਰ ਦੇਵੇਗਾ, ਯੂਜੁਅਲੀ ਜ਼ਿਆਦਾਤਰ ਲੋਕ ਸਿੰਗਾਪੁਰ ਅਤੇ ਹਾਂਗਕਾਂਗ ਜਿਹੀਆਂ ਥਾਵਾਂ ਦੇ ਉੱਤੇ ਘੁੰਮਣ ਜਾਂਦੇ ਨੇ, ਪਰ ਕੀ ਤੁਸੀਂ ਇੱਕ ਚੀਜ਼ ਨੋਟ ਕੀਤੀ ਹੈ ਕਿ ਉੱਥੋਂ ਦੇ ਟੈਕਸੀ ਡਰਾਈਵਰਾਂ ਨੂੰ 6 ਤੋਂ 8 ਭਾਸ਼ਾਵਾਂ ਆਉਂਦੀਆਂ ਹਨ, ਪਰ ਨਿਊਯਾਰਕ ਦੇ ਪੁਰਾਣੇ ਟੈਕਸੀ ਡਰਾਈਵਰਾਂ ਨੂੰ 9 ਤੋਂ 12 ਭਾਸ਼ਾਵਾਂ ਆਉਂਦੀਆਂ ਹਨ, ਪਰ ਕਈ ਦੇਸ਼ਾਂ ਦੇ ਵਿੱਚ ਪੂਰੇ ਪੜ੍ਹੇ ਲਿਖੇ ਲੋਕਾਂ ਨੂੰ ਵੀ 3 ਤੋਂ 4 ਭਾਸ਼ਾਵਾਂ ਹੀ ਆਉਂਦੀਆਂ ਨੇ। ਜਿਹੜਾ ਸਨੇਲ ਹੁੰਦਾ ਹੈ ਉਸਦੇ ਕੋਲ ਆਪਣੇ ਕਿਸੇ ਵੀ ਅੰਗ ਨੂੰ ਦੁਬਾਰਾ ਪੈਦਾ ਕਰਨ ਦੀ ਤਾਕਤ ਹੁੰਦੀ ਹੈ। ਜੇਕਰ ਕਿਸੇ ਕਾਰਨ ਸਨੇਲ ਦੀ ਅੱਖ ਵੀ ਕੱਟੀ ਜਾਵੇ ਤਾਂ ਉਹ ਉਸ ਨੂੰ ਵੀ ਦੁਬਾਰਾ ਉਗਾ ਸਕਦਾ ਹੈ। ਸਨੇਲ ਆਪਣੇ ਸਰੀਰ ਦੇ ਸਾਰੇ ਅੰਗਾਂ ਨੂੰ ਫਿਰ ਤੋਂ ਉਗਾ ਸਕਦੇ ਹਨ। ਮੱਛਰਾਂ ਦੀ ਪ੍ਰੋਬਲਮ ਭਾਰਤ ਦੇ ਵਿੱਚ ਕਿੰਨੀ ਜ਼ਿਆਦਾ ਹੈ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ, ਪਰ ਕੀ ਤੁਹਾਨੂੰ ਪਤਾ ਹੈ ਕਿ ਜੇਕਰ ਤੁਸੀਂ ਕੇਲਾ ਖਾਂਦੇ ਹੋ ਤਾਂ ਮੱਛਰ ਤੁਹਾਡੇ ਵੱਲ ਜ਼ਿਆਦਾ ਆਕਰਸ਼ਿਤ ਹੋਣਗੇ, ਕਿਉਂਕਿ ਕੇਲਾ ਇੱਕ ਅਜਿਹਾ ਫਲ ਹੈ ਜਿਹੜਾ ਕਿ ਰੇਡੀਏਸ਼ਨ ਛੱਡਦਾ ਹੈ ਤੇ ਮੱਛਰ ਇਹੀ ਰੇਡੀਏਸ਼ਨ ਨੂੰ ਫੜ ਕੇ ਤੁਹਾਡੇ ਕੋਲ ਆ ਜਾਂਦੇ ਹਨ। ਐਸਟ੍ਰੋਨੌਟ ਜੋ ਹੁੰਦੇ ਨੇ ਜਦੋਂ ਸਪੇਸ ਦੇ ਵਿੱਚ ਚਲੇ ਜਾਂਦੇ ਹਨ ਤਾਂ ਸਪੇਸ ਦੇ ਵਿੱਚ ਜਾ ਕੇ ਢਕਾਰ ਨਹੀਂ ਲੈ ਸਕਦੇ, ਇਸ ਦਾ ਕਾਰਨ ਵਾਤਾਵਰਣ ਦਾ ਘੱਟ ਪ੍ਰੈਸ਼ਰ ਹੈ। ਤੁਹਾਨੂੰ ਸ਼ਾਇਦ ਪਤਾ ਨਹੀਂ ਹੋਵੇਗਾ ਕਿ ਤੁਹਾਡੀਆਂ ਸਾਰੀਆਂ ਉਂਗਲਾਂ ਦੇ ਨੋਹ ਇੱਕ ਤਰ੍ਹਾਂ ਦੇ ਨਾਲ ਨਹੀਂ ਉੱਗਦੇ, ਸਾਡੇ ਹੱਥ ਦੀਆਂ ਸਾਰੀਆਂ ਉਂਗਲਾਂ ਦੇ ਵਿੱਚੋਂ ਜਿਸ ਉਂਗਲ ਦਾ ਸਭ ਤੋਂ ਤੇਜ਼ੀ ਦੇ ਨਾਲ ਨੋਹ ਵੱਧਦਾ ਹੈ ਉਹ ਸਾਡੀ ਵਿਚਕਾਰਲੀ ਯਾਨੀ ਕਿ ਵੱਡੀ ਉਂਗਲ ਹੁੰਦੀ ਹੈ। ਲਿਟਲ ਫਿੰਗਰ ਯਾਨੀ ਕਿ ਚੀਚੀ ਦਾ ਨੋਹ ਸਭ ਤੋਂ ਘੱਟ ਵੱਧਦਾ ਹੈ। ਤੁਸੀਂ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਕੈਪਸੂਲ ਜਾਂ ਗੋਲੀਆਂ ਤਾਂ ਜ਼ਰੂਰ ਖਾਧੀਆਂ ਹੋਣਗੀਆਂ, ਪਰ ਕੀ ਤੁਹਾਨੂੰ ਪਤਾ ਹੈ ਕਿ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੁੰਦਾ ਹੈ? ਕੈਪਸੂਲ ਜੈਲੀਟਿਨ ਦੇ ਨਾਲ ਬਣਿਆ ਹੁੰਦਾ ਹੈ, ਗੋਲੀ ਸ਼ੂਗਰ ਜਾਂ ਅਜਿਹੇ ਕਿਸੇ ਪਦਾਰਥ ਦੇ ਨਾਲ ਕੋਟਿਡ ਹੁੰਦੀ ਹੈ। ਕੈਪਸੂਲ ਸਾਡੇ ਸਰੀਰ ਦੇ ਅੰਦਰ ਜਾਣਸਾਰ ਹੀ ਖੁੱਲ ਜਾਂਦਾ ਹੈ ਤੇ ਇਹ ਜਲਦੀ ਅਸਰ ਕਰਦਾ ਹੈ। ਜੇਕਰ ਗੱਲ ਕਰੀਏ ਗੋਲੀ ਦੀ ਤਾਂ ਇਸ ਨੂੰ ਸਰੀਰ ਦੇ ਅੰਦਰ ਜਾ ਕੇ ਮਿਕਸ ਹੋਣ ਦੇ ਲਈ ਸਮਾਂ ਲੱਗ ਜਾਂਦਾ ਹੈ। ਕੈਪਸੂਲ ਦੇ ਅੰਦਰ 2 ਅਲੱਗ ਅਲੱਗ ਤਰ੍ਹਾਂ ਦੇ ਪ੍ਰੋਡਕਟ ਵੀ ਹੁੰਦੇ ਨੇ ਜਿਹੜੇ ਕਿ ਸਾਡੇ ਸਰੀਰ ਦੇ ਅੰਦਰ ਜਾ ਕੇ ਮਿਕਸ ਹੋ ਜਾਂਦੇ ਹਨ। ਇਹ ਸਾਂਝੇ ਕੁਝ ਰੌਚਕ ਤੱਥ ਜਿਸ ਦੁਨੀਆ ਦੇ ਵਿੱਚ ਆਪਾਂ ਰਹਿੰਦੇ ਹਾਂ ਉਸ ਦੇ ਬਾਰੇ। ਜੇਕਰ ਤੁਸੀਂ ਸਾਡੇ YouTube ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਸਾਡੇ ਫੇਸਬੁੱਕ ਪੇਜ ਜੋ ਟੀਵੀ ਨੂੰ ਜ਼ਰੂਰ ਫੋਲੋ ਕਰਨਾ।